ਕਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਇੱਥੇ ਦੱਸੇ ਜਾਣ ਵਾਲੇ ਨੁਸਖੇ ਵੈਦਾਂ ਦੀ ਸਲਾਹ ਅਤੇ ਆਯੁਰਵੈਦਿਕ ਕਿਤਾਬਾਂ ਵਿੱਚੋਂ ਲਏ ਜਾਂਦੇ ਹਨ। ਰੋਜ਼ਾਨਾ ਵੀਡੀਓ ਵੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਜ਼ਿਆਦਾਤਰ ਔਰਤਾਂ ਦੋ ਮੂਹੇ ਵਾਲਾਂ ਤੋਂ ਪਰੇਸ਼ਾਨ ਰਹਿੰਦੀਆਂ ਹਨ। ਇਸ ਨਾਲ ਵਾਲਾਂ ਦੀ ਖੂਬਸੂਰਤੀ ਵੀ ਖਰਾਬ ਹੁੰਦੀ ਹੈ ਅਤੇ ਕਈ ਹੇਅਰ ਸਟਾਈਲ ਵੀ ਨਹੀਂ ਬਣਦੇ। ਇਸ ਤੋਂ ਛੁਟਕਾਰਾ ਪਾਉਣ ਲਈ ਜਾਣੋ ਕੁਝ ਆਸਾਨ ਜਿਹੇ ਤਰੀਕੇ। 100 ਗ੍ਰਾਮ ਨਾਰੀਅਲ ਦੇ ਤੇਲ ਵਿੱਚ 4 ਚਮਚ ਜੈਤੂਨ ਤੇਲ ਅਤੇ 4 ਚਮਚ ਬਾਦਾਮ ਤੇਲ ਮਿਲਾਓ। ਰਾਤ ਨੂੰ ਸੌਣ ਵੇਲੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਸ਼ਾਵਰ ਕੈਪ ਪਾ ਕੇ ਸੌਂ ਜਾਓ ਅਤੇ ਸਵੇਰੇ ਸ਼ੈਂਪੂ ਨਾਲ ਧੋ ਲਓ। ਹਫ਼ਤੇ ਵਿੱਚ 2 ਵਾਰ ਇਸ ਤਰ੍ਹਾਂ ਕਰਨ ਨਾਲ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਅਗਰ ਤੁਹਾਡੇ ਵਾਲ ਹਲਕੇ ਹਨ, ਉਸ ਨੂੰ ਜ਼ਿਆਦਾ ਜਾਂ ਸੰਘਣਾ ਕਰਨਾ ਚਾਹੁੰਦੇ ਹੋ ਤਾਂ 1 ਅੰਡੇ ਦਾ ਪੀਲਾ ਹਿੱਸਾ ਲਓ। ਉਸ ਵਿੱਚ 2 ਚਮਚ ਜੈਤੂਨ ਤੇਲ ਅਤੇ 1 ਚਮਚ ਸ਼ਹਿਦ ਮਿਲਾਓ। ਵਾਲਾਂ ਵਿੱਚ ਲਗਾ ਕੇ 30 ਤੋਂ 40 ਮਿੰਟ ਰੱਖ ਕੇ ਸ਼ਾਵਰ ਕੈਪ ਪਾ ਲਓ ਅਤੇ ਧੋ ਲਓ। ਹਫ਼ਤੇ ਵਿੱਚ 2 ਵਾਰ ਇਸ ਤਰ੍ਹਾਂ ਕਰਨ ਨਾਲ ਵਾਲ ਭਾਰੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਸਿਰ ਵਿਚਲਾ ਗੰਜਾਪਣ ਦਿਖਣਾ ਵੀ ਹਟ ਜਾਵੇਗਾ। ਇਸ ਨੂੰ ਪੁਰਸ਼ ਵੀ ਇਸਤੇਮਾਲ ਕਰ ਸਕਦੇ ਹਨ। ਆਪਣੇ ਸੁਝਾਅ ਦੇਣ ਲਈ ਵੀਡੀਓ ਥੱਲੇ ਕਮੈਂਟ ਜ਼ਰੂਰ ਕਰੋ। ਵੀਡੀਓ ਵੇਖਣ ਦੇ ਲਈ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।